बतौर कलाकार भी जदों मैं 99 च पटियाले रहिंदा सी असीं उदों भी एक कारगिल दे युद्ध वास्ते एक चैरिटी शो करके असीं सारे पैसे जिहड़े पटियाला दी मिलटरी दे जिहड़े कमांडेंट सी जे किते साडे जवान कारगिल दे विच बहादुरी ना दिखाउंदे तां शायद दुश्मन ने अपनियां चालां नाल नक्शे ही बदल देने सी। सो उहनां दीआं कुरबानियां दी कोई कीमत नहीं किसे करंसी च। सो अज मैं उहनां नूं श्रद्धांजलि देण आया। कुछ पंजाब सरकार वल्लों आर्थिक सूचनावां ने, क्योंकि जान दी तां कोई कीमत हुंदी नहीं, ते जिहड़े जख्मी हो जांदे आ जवान उहनां विच 25-50% दा जिहड़ा सीगा पहलां तां 5 लाख रुपये दित्ता जांदा सी, उहनूं असीं 51% तों 75% तक पहलां 10 लाख सी असीं, ते 76-100% ਜਿਹੜਾ ਸੀਗਾ ਪਹਿਲਾਂ 20 ਲੱਖ ਦਿੱਤਾ ਜਾਂਦਾ ਸੀ ਅਸੀਂ ਉਹਨੂੰ, ਅਤੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਨੌਨ ਪੈਨਸ਼ਨਰ ਜਿਹੜੇ ਸਾਬਕਾ ਸੈਨਿਕ ਜਾਂ ਉਹਨਾਂ ਦੀਆਂ ਵਿਧਵਾਵਾਂ ਨੇ ਉਹਨਾਂ ਦੀ ਮਾਲੀ ਸਹਾਇਤਾ 6,000 ਰੁਪਏ ਮਹੀਨਾ ਹੁੰਦੀ ਸੀ ਉਹਨੂੰ ਅਸੀਂ, ਇਹ ਕੋਈ ਅਹਿਸਾਨ ਨਹੀਂ ਕਰ ਰਹੇ ਅਸੀਂ, ਇਹ ਸਾਡਾ ਫਰਜ਼ ਬਣਦਾ। ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ वर्ष मेले, वतन पर मिटने वालों का यही बाकी निशान होगा। जे किते साडे जवान कारगिल दे विच बहादुरी ना दिखाउंदे तां शायद दुश्मन ने अपनियां चालां नाल नक्शे ही बदल देने सी, जिस पद्धर तक वह आ गए सी अंदर। बतौर कलाकार भी जदों मैं 99 च पटियाले रहिंदा सी असीं उदों भी एक कारगिल दे युद्ध वास्ते एक चैरिटी शो करके असी सारे पैसे जिहड़े पटियाला दी मिलटरी दे जिहड़े कमांडेंट सी उस वेले उहनां नूं दित्ते सी। सो साडा फर्ज बणदा है जिहड़े मर्जी वर्ग च होईए कि जिहड़े देश लई लड़ रहे हैं, क्योंकि जिस वेले आपां निक्कियां बुकलां ताणी परिवार नाल ठंड दे विच पए हुंदे आ तां उह -40 डिग्री टैंपरेचर च कारगिल दीआं पहाड़ियां ते साडी रक्षा कर रहे हुंदे ने, ते जिस वेले असी AC ला के ਜਾਂ ਦੁਪਹਿਰ ਨੂੰ ਕਿਧਰੇ ਜਾਣ ਤੋਂ ਬਚਦੇ ਹਾਂ ਤਾਂ ਉਸ ਵੇਲੇ +50 ਡਿਗਰੀ 'ਚ ਸਾਡੇ ਜਵਾਨ ਜਿਹੜੇ ਨੇ ਜੈਸਲਮੇਰ ਗੰਗਾਨਗਰ ਦੇ ਟਿੱਬਿਆਂ 'ਚ ਸਾਡੀ ਰਾਖੀ ਕਰ ਰਹੇ ਹੁੰਦੇ ਨੇ। ਸੋ ਉਹਨਾਂ ਦੀਆਂ ਕੁਰਬਾਨੀਆਂ ਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ। ਸੋ ਅੱਜ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਇਆ। ਕੁਛ ਪੰਜਾਬ ਸਰਕਾਰ ਵੱਲੋਂ ਆਰਥਿਕ ਸੂਚਨਾਵਾਂ ਨੇ, ਕਿਉਂਕਿ ਜਾਨ ਦੀ ਤਾਂ ਕੋਈ ਕੀਮਤ ਹੁੰਦੀ ਨਹੀਂ, ਪਰ ਅਸੀਂ ਕੁਛ ਜਿਵੇਂ ਐਕਸਗ੍ਰੇਸ਼ੀਆ ਜਿਹੜਾ ਉਹ ਪਹਿਲਾਂ ਸਿਰਫ ਜੰਗੀ ਸ਼ਹੀਦਾਂ ਨੂੰ ਹੀ ਮਿਲਦਾ ਸੀ, ਜਿਹੜੇ ਕਿਸੇ ਕਲੈਸ਼ ਦੇ ਵਿੱਚ ਜਾਂ ਜੰਗ ਦੇ ਵਿੱਚ ਸ਼ਹੀਦ ਹੋ ਜਾਣ। ਜੇ ਵੈਸੇ ਫੌਜ ਦੇ ਡਿਊਟੀ ਦੌਰਾਨ ਕੋਈ ਐਵਾਲੌਂਜ ਆ ਗਿਆ, ਬਰਫ਼ ਜਿਹੜੀ ਉਹ ਬਰਫ਼ ਦੇ ਤੋਂਦੇ ਥੱਲੇ ਨੂੰ ਡਿੱਗ ਪਏ, ਉਹ 'ਚ ਜਵਾਨ ਦੱਬੇ ਗਏ, ਕੋਈ ਐਕਸੀਡੈਂਟ ਹੋ ਗਿਆ, ਹਾਰਟ ਅਟੈਕ ਆ ਗਿਆ, ਬ੍ਰੇਨ ਹੈਮਰੇਜ ਹੋ ਗਿਆ, ਉਹਦੇ ਵਿੱਚ ਨਹੀਂ ਕੋਈ ਐਕਸਕ੍ਰੇਸ਼ੀਆ ਦਿੱਤਾ ਜਾਂਦਾ ਸੀ। ਸੋ ਅਸੀਂ ਉਹਨੂੰ ਸ਼ੁਰੂ ਕਰ ਰਹੇ ਹਾਂ। 25 ਲੱਖ ਰੁਪਈਏ ਅਸੀਂ ਉਸ ਹਰ ਜਵਾਨ ਨੂੰ, ਪੰਜਾਬ ਦੇ ਉਸ ਫੌਜੀ ਜਵਾਨ ਨੂੰ ਜਿਹੜਾ ਡਿਊਟੀ ਦੌਰਾਨ ਕਿਸੇ ਵੀ ਕਿਸਮ ਦੇ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ, 25 ਲੱਖ ਰੁਪਏ। ਅਤੇ ਜਿਹੜੇ ਜ਼ਖਮੀ ਹੋ ਜਾਂਦੇ ਆ ਜਵਾਨ ਉਹਨਾਂ ਵਿੱਚ 25-50% ਦਾ ਜਿਹੜਾ ਸੀਗਾ ਪਹਿਲਾਂ ਜੇ ਫਿਜ਼ੀਕਲ ਡਿਸੇਬਿਲਟੀ ਹੁੰਦੀ ਹੈ ਤਾਂ 5 ਲੱਖ ਰੁਪਏ ਦਿੱਤਾ ਜਾਂਦਾ ਸੀ, ਉਹਨੂੰ ਅਸੀਂ 10 ਲੱਖ ਕਰ ਰਹੇ ਹਾਂ ਐਕਸਗ੍ਰੇਸ਼ੀ। 51% ਤੋਂ 75% ਤੱਕ ਪਹਿਲਾਂ 10 ਲੱਖ ਸੀ, ਅਸੀਂ 20 ਕਰ ਰਹੇ ਹਾਂ, ਅਤੇ 76-100% ਜਿਹੜਾ ਸੀਗਾ ਪਹਿਲਾਂ 20 ਲੱਖ ਦਿੱਤਾ ਜਾਂਦਾ ਸੀ, ਅਸੀਂ ਉਹਨੂੰ 40 ਲੱਖ ਕਰ ਰਹੇ ਹਾਂ। ਅਤੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਨੌਨ ਪੈਨਸ਼ਨਰ ਜਿਹੜੇ ਸਾਬਕਾ ਸੈਨਿਕ ਜਾਂ ਉਹਨਾਂ ਦੀਆਂ ਵਿਧਵਾਵਾਂ ਨੇ ਉਹਨਾਂ ਦੀ ਮਾਲੀ ਸਹਾਇਤਾ 6,000 ਰੁਪਏ ਮਹੀਨਾ ਹੁੰਦੀ ਸੀ, ਉਹਨੂੰ ਅਸੀਂ 10,000 ਰੁਪਈਆ ਮਹੀਨਾ ਕਰ ਰਹੇ ਹਾਂ। ਇਹ ਕੋਈ ਅਹਿਸਾਨ ਨਹੀਂ ਕਰ ਰਹੇ ਅਸੀਂ, ਇਹ ਸਾਡਾ ਫਰਜ਼ ਬਣਦਾ ਹੈ।